ਹਾਂਜੀ ਭਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਤਾੜੀ ਨਾਲ ਸਾਥ ਦੇਣਾ ਜੀ ਤੁਹਾਡੇ ਚਰਨਾਂ ਪਹਿਲਾਂ ਗਣੇਸ਼ ਵੰਦਨਾ ਫਿਰ ਭਜਨ ਤੈਨੂੰ ਪੁੱਛਣ ਆਏ ਗੋਰੀ Yeah.
ਕਿੰਨਾ ਸੋਹਣਾ ਹੁੰਦਾ ਸੀ ਪੰਜਾਬ ਸੱਜਣਾ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਵੋਟਾਂ ਵੇਲੇ ਝੂਠੀਆਂ ਇਹ ਸੌਹਾਂ ਖਾਂਦੇ ਨੇ ਵਾਦੇ ਵੱਡੇ ਕਰ ਮੁਕਰ ਵੀ ਜਾਂਦੇ ਨੇ ਹੋ ਵੋਟਾਂ ਵੇਲੇ ਝੂਠੀਆਂ ਇਹ ਸੌਹਾਂ ਖਾਂਦੇ ਨੇ ਵਾਦੇ ਵੱਡੇ ਕਰ ਮੁਕਰ ਵੀ ਜਾਂਦੇ ਨੇ ਹੁੰਦਾ ਸੀ ਗੁਲਾਮ ਕਹਿੰਦੇ ਦੇਸ਼ ਮੇਰਾ ਪਹਿਲਾਂ ਹੁੰਦਾ ਸੀ ਗੁਲਾਮ ਕਹਿੰਦੇ ਦੇਸ਼ ਮੇਰਾ ਪਹਿਲਾਂ ਹੁਣ ਕਾਲੇ ਅੰਗਰੇਜ਼ ਆ ਗਏ ਨੇ ਹੋ ਕਿੰਨਾ ਸੋਹਣਾ ਹੁੰਦਾ ਸੀ ਪੰਜਾਬ ਸੱਜਣਾ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਕਿੰਨਾ ਸੋਹਣਾ ਹੁੰਦਾ ਸੀ ਪੰਜਾਬ ਸੱਜਣਾ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਪੰਜਾਬ ਦਾ ਬਈ ਕੀ ਬਣੂ ਮੈਨੂੰ ਨਹੀਂ ਪਤਾ ਸੱਚੀ ਸਰਕਾਰਾਂ ਨੇ ਤਾਂ ਲੁੱਟ ਲਈ ਮੱਚਾ ਹੋ ਪੰਜਾਬ ਦਾ ਬਈ ਕੀ ਬਣੂ ਮੈਨੂੰ ਨਹੀਂ ਪਤਾ ਸੱਚੀ ਸਰਕਾਰਾਂ ਨੇ ਤਾਂ ਲੁੱਟ ਲਈ ਮੱਚਾ ਹੋ ਵੀ ਕੀ ਕੋਟ ਫੱਤੇ ਪਿੰਡ ਵਿੱਚ ਹੋਵੇ ਚਰਚਾ ਕੋਟ ਫੱਤੇ ਪਿੰਡ ਵਿੱਚ ਹੋਵੇ ਚਰਚਾ ਵੋਟਾਂ ਵਾਲੇ ਮੰਗ ਤੇ ਵੀ ਆ ਗਏ ਨੇ ਹੋ ਕਿੰਨਾ ਸੋਹਣਾ ਹੁੰਦਾ ਸੀ ਪੰਜਾਬ ਸੱਜਣਾ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਹੋ ਕਿੰਨਾ ਸੋਹਣਾ ਹੁੰਦਾ ਸੀ ਪੰਜਾਬ ਸੱਜਣਾ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਇਹਨੂੰ ਲੀਡਰ ਤੇ ਚਿੱਟਾ ਖਾ ਗਏ ਨੇ ਥੈਂਕ ਯੂ ਜੀ ਮਾੜੇ ਦਿਨ ਪੁੱਛ ਕੇ ਕਦੇ ਕਿਸੇ ਦਾ ਮਖੌਲਾ ਨਹੀਂ ਅੜਾਉਣਾ ਚਾਹੀਦਾ ਪੈਸਿਆਂ ਦਾ ਕੀ ਹੈ ਤੇ ਰਹਿੰਦੇ ਨੇ ਬੰਦਾ ਜਿੰਦਾ ਗਰੀਬ ਨਹੀਂ ਹੋਣਾ ਚਾਹੀਦਾ ਬੰਦਾ ਪੂਰਾ ਗਰੀਬ ਹੋਣਾ ਚਾਹੀਦਾ ਅਮੀਰਤਾ ਦਾ ਫਲ ਹੁੰਦਾ ਮਿੱਠਾ ਬੱਤਿਆ ਹੱਕ ਦੀ ਕਮਾ ਕੇ ਹੱਕ ਖਾਣਾ ਚਾਹੀਦਾ ਹੱਸ ਕੇ ਬਣਾਉਣਾ ਚਾਹੀਦਾ ਜਿਹੜਾ ਬੰਦਾ ਰੱਬ ਤੇ ਯਕੀਨ ਰੱਖਦਾ ਲੋਕੀ ਮੂਰਖ ਬਣਾਉਂਦੇ ਕੋਟ ਫੱਤੇ ਵਾਲੇ ਲੋਕੀ ਮੂਰਖ ਬਣਾਉਂਦੇ ਕੋਟ ਫੱਤੇ ਵਾਲੇ ਹੋ ਗਏ ਕੱਟਣੇ ਤੁਸੀਂ ਲੱਗੋ ਵੱਜੇ ਜਿਹੜਾ ਕੁਝ ਹੁਣ ਹੁੰਦਾ ਏ ਸਭੀ ਲੋਕਾਂ ਨੇ ਜੋੜਨਾ ਚਾਹੀਦਾ ਪੈਸਿਆਂ ਦਾ ਕੀ ਹੈ ਤੈਨੂੰ ਦੇਖਦੇ ਨੇ ਇਹ ਬੰਦਾ ਜਿੱਦਾਂ ਗਰੀਬ ਨਹੀਂ ਹੋਣਾ ਚਾਹੀਦਾ ਬੰਦਾ ਗਰੀਬ ਨਹੀਂ ਹੋਣਾ ਚਾਹੀਦਾ ਹਾਂਜੀ ਪਹਿਲਾਂ ਤਾਂ ਮੇਰੇ ਸੈਂਟਰ ਦੇ ਡਾਇਰੈਕਟਰ ਸਾਹਿਬ ਦਾ ਜਿਹੜਾ ਕੁਲਿੰਦਰ ਸਿੰਘ ਵਾਲਾ ਵਾਸਤੇ ਹਰ ਕਾਰੀ ਮਾਤਮ ਤੋਂ ਜੀ ਬਹੁਤ ਵਧੀਆ ਮੁੰਡਾ ਦੱਸਿਆ ਜੀ ਇਹਨਾਂ ਨੇ ਆਪਣੇ ਮਾਮਾ ਜੀ ਦਾ ਗਾਣਾ ਲਿਖਿਆ ਤੁਹਾਡੇ ਸਾਹਮਣੇ ਧਾਰਮਿਕ ਗੀਤ ਪੇਸ਼ ਕਰਨ ਜਾ ਰਿਹਾ ਕਿਰਤ ਕਰੋ ਇਹ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ ਕੋਈ ਸਿਆਸਤ ਬੱਟਾਂ ਉੱਤੇ ਅੱਕ ਨੀ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚ ਰਹਿੰਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ
ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਓ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਹੋਰ ਰੁੱਖ ਕਦੇ ਨਾ ਵੱਡੋ ਤੇ ਨਾ ਮਾਰੋ ਧੀਆਂ ਨੂੰ ਮੇਣੇ ਮਿਲਦੇ ਰਹਿਣੇ ਆ ਸਰਹੰਦ ਦੀਆਂ ਨੀਹਾਂ ਨੂੰ ਮੇਣੇ ਮਿਲਦੇ ਰਹਿਣੇ ਆ ਸਰਹੰਦ ਦੀਆਂ ਨੀਹਾਂ ਨੂੰ ਕਿਉਂ ਵੀ ਕੌਂਕਿਆਂ ਵਾਲਿਆ ਬਦਲੀ ਮਤ ਨੀ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਉਹ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਹੋ ਕਿਉਂ ਨੀ ਬੰਦਿਆਂ ਕਰਦਾ ਪਾਸੇ ਪਾਪ ਪਖੰਡਾਂ ਨੂੰ ਸਿਰ ਤੇ ਚੱਕੀ ਫਿਰਦਾ ਕਿਉਂ ਪਰਮਾ ਦੀਆਂ ਪੰਡਾਂ ਨੂੰ ਸਿਰ ਤੇ ਚੱਕੀ ਫਿਰਦਾ ਕਿਉਂ ਪਰਮਾ ਦੀਆਂ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਪ ਨੀ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਮੱਝੀਆਂ ਚਰਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅੱਗੇ ਜਾਣ ਤੋਂ ਪਹਿਲਾਂ ਸਾਡੇ ਵਿੱਕੀ ਕੋਟ ਪੱਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਪ੍ਰੈਸ ਕਰੋ ਬੈਲ ਦੇ ਆਈਕਨ ਤੇ ਟੱਚ ਆਲ ਤੇ ਜ਼ਰੂਰ ਕਰਦੇ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਸਭ ਤੋਂ ਪਹਿਲਾਂ। ਤੇ ਮੇਰੇ ਨਾਲ ਆਪਣਾ ਬਾਈ ਬੈਠੇ ਆ, ਇਹ ਤੁਹਾਨੂੰ ਲੋਕ ਤੱਤ ਸੁਣਾਉਣਗੇ, ਬਹੁਤ ਜ਼ਿਆਦਾ ਵਧੀਆ ਗਾਉਂਦੇ ਆ। ਲਓ ਜੀ ਸੁਣਾਓ ਬਾਈ। ਹਾਂਜੀ ਬਾਬੂਲਾ ਪੀਂਘ ਪਵਾ ਦੇ ਮੇਰੀ ਖੇਤ ਬਰੋਟੇ ਤੇ ਵੀਰ ਰੱਸਾ ਬਟਕੇ ਬਣਦੇ ਟਾਣੇ ਮੋਟੇ ਤੇ ਅੰਮੀਏ ਦੇ ਦੇ ਇੱਕ ਹੁਲਾਰਤੀਆਂ ਨੂੰ ਪੇਕਿਆਂ ਦਾ ਸਾਰਾ ਬੇਬੇ ਕਰੀਏ ਦੁੱਖ ਸੁੱਖ ਸਾਰਾ ਤੇਰੇ ਗੁੜਮ ਆਉਂਦਿਆਂ ਤੋਂ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਮਾਏ ਭੇਜ ਸੁਨੇਹਾ ਮੇਰੀਆਂ ਸਾਰੀਆਂ ਸਖੀਆਂ ਨੂੰ ਕੱਢੀਏ ਫੁਲਕਾਰੀ ਤੇ ਸ਼ੀਸ਼ੇ ਲਾਈਏ ਪੱਖੀਆਂ ਨੂੰ ਪੈਣੇ ਆ ਜੋ ਕਰਕੇ ਕਾਲੀ ਉਹ ਸੀ ਆਉਂਦੀ ਭਾਗ ਕੀ ਪਾਲੀ ਵੇਖੀ ਪਰਦਾ ਹੁਣ ਪੀੜ ਖਾਲੀ ਮੇਰੀ ਬੋਲੀ ਪਾਉਂਦਿਆਂ ਤੋਂ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਕਦੋਂ ਦੀਆਂ ਵਿਛੜੀਆਂ ਅੱਜ ਮਿਲ ਗਈਆਂ ਡਾਰਾਂ ਗੂੰਜਦੀਆਂ ਸੁਣਨਾ ਪਿਆ ਸੀ ਵਿਹੜਾ ਗਿੱਧੇ ਦਾ ਪਿੜ ਹੂੰਜਦੀਆਂ ਪੈਣੇ ਆ ਜੋ ਕਰਕੇ ਕਾਲੀ ਉਹ ਸੀ ਆਉਂਦੀ ਭਾਗ ਕੀ ਪਾਲੀ ਵੇਖੀ ਪਰਦਾ ਹੁਣ ਪੀੜ ਖਾਲੀ ਮੇਰੀ ਬੋਲੀ ਪਾਉਂਦਿਆਂ ਤੋਂ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਉਹ ਧੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਮਾਪਿਆਂ ਜਾਉਂਦਿਆਂ ਤੋਂ ਬਹੁਤ ਜ਼ਿਆਦਾ ਵਧੀਆ ਗਾਇਆ ਮੁੰਡੇ ਨੇ ਜੀ ਤੇ ਮੇਰੇ ਬਾਬਾ ਨਾਨਕ ਜੀ ਕੋਈ ਐਸਾ ਉਪਾਏ ਕਰਦੇ ਦੁਨੀਆਂ ਰਿਸ ਗਰੀ ਪਾਣੀ ਲੈਣਾ ਸਾ ਸੌਖਾ ਤੂੰ ਕਰਦੇ ਮੇਰੇ ਬਾਬਾ ਨਾਨਕ ਜੀ ਹੋ ਪਿਓ ਪੁੱਤ ਦੀ ਬਣਦੀ ਨਹੀਂ ਪਿਓ ਪੁੱਤ ਦੀ ਬਣਦੀ ਨਹੀਂ ਛੱਡਦੇ ਘਰ ਵਿੱਚ ਬੰਡੀਆਂ ਪਾ ਕੇ ਹੱਕ ਬਣਦਾ ਮੰਗ ਲੈਂਦੀਆਂ ਭੈਣਾ ਚੁੜ ਜਾਣੀ ਗੱਪ ਮੁਕਾ ਕੇ ਸੌਖੀ ਰੋਟੀ ਖਾਂਦੇ ਨੂੰ ਸੌਖੀ ਰੋਟੀ ਖਾਂਦੇ ਨੂੰ ਵੇਖ ਸ਼ਰਮ ਕੇ ਵਾਰੇ ਸਕਦੇ ਮੇਰੇ ਬਾਪ
مر جاندے ہاں پھر مر جاندے کچھ کھاتے غصہ قابو نہیں رکھتے غصہ قابو نہیں رکھتے خود پیوں دی داڑھی پھٹ دے میرے بابا نال کیڑی سن یار سی غریباں لینا سا سوکھا توں کر لے اونوں تھینی بن سکدی اونوں تھینی بن سکدی اگے جان تو پہلا ساڈے چینل نو سبسکرائب کرو تے بیل دے آئیکن تے کلک کرو تاں کہ تہاڈے کولے ہر ایک ویڈیو دی نوٹیفیکیشن پہنچ سکے سب تو پہلا ਦੌਲਤਾਂ ਦਾ ਕਰੀ ਨਾ ਤੂੰ ਮਾਣ ਬੰਦਿਆਂ ਨਹੀਂ ਪੈਸਿਆਂ ਦੇ ਪਿੱਛੇ ਕੋਈ ਰਵਾਉਣਾ ਚਾਹੀਦਾ ਦੌਲਤਾਂ ਦਾ ਕਰੀ ਨਾ ਤੂੰ ਮਾਣ ਬੰਦਿਆਂ ਨਹੀਂ ਪੈਸਿਆਂ ਦੇ ਪਿੱਛੇ ਕੋਈ ਰਵਾਉਣਾ ਚਾਹੀਦਾ ਪੈਸਿਆਂ ਦਾ ਕੀ ਐ ਤੈ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ ਬੰਦਾ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ پورا سب ایتھے رہ جانیاں کک بھی نہیں جانا تیرے نال بندے اوچیاں دے نال یاری کٹ رکھیے نیویاں نوں گڈی دی نہیں گال بندے ਆਉਂਦੇ ਨਹੀਂ ਉਹ ਮਾੜੇ ਦਿਨ ਪੁੱਛ ਕੇ ਕਦੇ ਕਿਸੇ ਦਾ ਮਥੌਲ ਨਹੀਂ ਅੜਾਉਣਾ ਚਾਹੀਦਾ ਪੈਸਿਆਂ ਦਾ ਕੀ ਐ ਤੈ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਨੇੜਕਾਂ ਦਾ ਫਲ ਹੁੰਦਾ ਮਿੱਠਾ ਬੰਦਿਆ ਹੱਕ ਦੀ ਕਮਾ ਕੇ ਹੱਕ ਖਾਣਾ ਚਾਹੀਦਾ ਹੱਸ ਕੇ ਬੁਲਾਉਣਾ ਚਾਹੀਦਾ ਏ ਸਭ ਨੂੰ ਵੈਰ ਨਹੀਂ ਉਹ ਕਿਸੇ ਨਾਲ ਪਾਉਣਾ ਚਾਹੀਦਾ ਹਾਂ ਮੇੜਕਾਂ ਦਾ ਫਲ ਹੁੰਦਾ ਮਿੱਠਾ ਬੰਦਿਆ ਹੱਕ ਦੀ ਕਮਾ ਕੇ ਹੱਕ ਖਾਣਾ ਚਾਹੀਦਾ ਹੱਸ ਕੇ ਬੁਲਾਉਣਾ ਚਾਹੀਦਾ ਏ ਸਭ ਨੂੰ ਵੈਰ ਨਹੀਂ ਉਹ ਕਿਸੇ ਨਾਲ ਪਾਉਣਾ ਚਾਹੀਦਾ ਕਣ ਕਣ ਵਿੱਚ ਕਹਿੰਦੇ ਰੱਬ ਵਸਦਾ ਬਸ ਰੱਬ ਦਾ ਹੀ ਸ਼ੁਕਰ ਮਨਾਉਣਾ ਚਾਹੀਦਾ ਪੈਸਿਆਂ ਦਾ ਕੀ ਐ ਤੈ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਬੰਦਾ ਰੱਬ ਤੇ ਯਕੀਨ ਰੱਖਦਾ ਸਾਥ ਉਹਦਾ ਵੀ ਤਾਂ ਰੱਬ ਦਿੰਦਾ ਸੀ ਕੇ
ਲੋਕੀ ਮੂਰਖ ਬਣਾਉਂਦੇ ਕੋਟ ਫੱਤੇ ਵਾਲਿਆਂ ਵੀ ਕੀ ਕੱਟ ਲੈ ਤੂੰ ਦੇਣੇ ਇਹਨਾਂ ਕੋਲੋਂ ਬੱਚੇ ਕੇ ਹਾਂ ਜਿਹੜਾ ਬੰਦਾ ਰੱਬ ਤੇ ਯਕੀਨ ਰੱਖਦਾ ਸਾਥ ਉਹਦਾ ਵੀ ਤਾਂ ਰੱਬ ਦਿੰਦਾ ਸੀਕੇ ਲੋਕੀ ਮੂਰਖ ਬਣਾਉਂਦੇ ਕੋਟ ਫੱਤੇ ਵਾਲਿਆਂ ਵੀ ਕੀ ਕੱਟ ਲੈ ਤੂੰ ਦੇਣੇ ਇਹਨਾਂ ਕੋਲੋਂ ਬੱਚੇ ਕੇ ਹੋ ਕੇ ਰਹਿੰਦਾ ਜਿਹੜਾ ਕੁਝ ਹੋਣਾ ਹੁੰਦਾ ਏ ਸੰਮੀ ਲੋਕਾਂ ਮੂਹਰੇ ਐਵੇਂ ਨਹੀਂ ਉਹ ਰੋਣਾ ਚਾਹੀਦਾ ਪੈਸਿਆਂ ਦਾ ਕੀ ਐ ਤਾਂ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਹਾਂ ਪੈਸਿਆਂ ਦਾ ਕੀ ਐ ਤਾਂ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਧੰਨਵਾਦ ਜੀ Oh,
ਜੀ ਅੱਗੇ ਗੱਲ ਹੈ ਜਿਹੜੀ ਆਪਾਂ ਮਾਂ ਪਿਓ ਨੂੰ ਧੱਕੇ ਮਾਰਦੇ ਹਾਂ ਜੀ ਤੇ ਵੱਡੇ ਹੋਏ ਆਪਣੇ ਨੇ ਵੀ ਉਹੀ ਕੁਛ ਹੋਣਾ ਜੀ ਕੁੱਤਿਆਂ ਦੇ ਨਾ ਹਾਂਜੀ ਮਾਪਿਆਂ ਨੂੰ ਤੂੰ ਕਹਿੰਦਾ ਸੀ ਹਲੇ ਕਰੀਆਂ ਤੂੰ ਦੱਸ ਆਪਾਂ ਹੁਣ ਦੱਸ ਦੇ ਤੂੰ ਕਿਉਂ ਰੋਨਾ ਉਹ ਜਦੋਂ ਆਇਆ ਤੇਰੇ ਬੁਢਾਪਾ ਹਾਂ ਮਾਪਿਆਂ ਨੂੰ ਤੂੰ ਕਹਿੰਦਾ ਸੀ ਹਲੇ ਕਰੀਆਂ ਤੂੰ ਦੱਸ ਆਪਾਂ ਹੁਣ ਦੱਸ ਦੇ ਤੂੰ ਕਿਉਂ ਰੋਨਾ ਉਹ ਜਦੋਂ ਆਇਆ ਤੇਰੇ ਬੁਢਾਪਾ ਉਹ ਜੈਸੀ ਕਰਨੀ ਵੈਸੀ ਭਰਨੀ ਉਹ ਜੈਸੀ ਕਰਨੀ ਵੈਸੀ ਭਰਨੀ ਹੋਏ ਸਭ ਕੁਝ ਤਾਂ ਸੀ ਹੋਣਾ ਆਪਣਿਆਂ ਵੀ ਹੋਏ ਆਪਣਿਆਂ ਵੀ ਦੱਸਦੇ ਸੱਜਣਾ ਕਿਹੜੇ ਦੁੱਖ ਵੰਡਾਉਣਾ ਆਪਣਿਆਂ ਵੀ ਦੱਸਦੇ ਤੇਰਾ ਕਿਹੜੇ ਦੁੱਖ ਵੰਡਾਉਣਾ ਅੱਜ ਸਾਰੇ ਆਪਾਂ ਬਾਲੇ ਦਰਬਾਰ ਤੇ ਆਏ ਹੋਏ ਹਾਂ ਪਰ ਆਪਾਂ ਇੱਥੇ ਬਾਲੇ ਦਰਬਾਰ ਤੇ ਆਏ ਹਾਂ ਰਾਤ ਜਾਗਾ ਜੀ ਦਾ ਜਾਗਾ ਦੇਖ ਰਹੇ ਹਾਂ ਪਰ ਘਰੇ ਆ ਕੇ ਆਪਾਂ ਮਾਂ ਪਿਓ ਨੂੰ ਪੁੱਛਦੇ ਨਹੀਂ ਤਾਂ ਅੱਗੇ ਲਿਖਿਆ ਉਹ ਮੰਦਿਰ ਮਸਜਿਦ ਜਾਣ ਨਾਲ ਕੰਮ ਹੁੰਦਾ ਨਹੀਂ ਬਈ ਸਾਰਾ ਸਭ ਤੋਂ ਵੱਡੀ ਸੇਵਾ ਆਪਣੇ ਮਾਂ ਪਿਓ ਦੇ ਨਾਲ ਯਾਰਾ ਕਿਉਂਕਿ ਸਭ ਤੋਂ ਵੱਡੀ ਸੇਵਾ ਮਾਂ ਪਿਓ ਹੈ ਮੰਦਿਰ ਮਸਜਿਦ ਆਪਾਂ ਆਉਂਦੇ ਹਾਂ ਰੋਜ਼ ਪਰ ਘਰੇ ਮਾਪਿਆਂ ਨੂੰ ਵੀ ਕੁਝ ਦੇਰ ਰੱਖਣ ਮੰਦਿਰ ਆਉਣ ਦਾ ਫਾਇਦਾ ਹੈ ਮਾਪਿਆਂ ਨੂੰ ਪਿਆਰ ਕਰੋ ਸਾਰਿਆਂ ਨੂੰ ਰਿਕੁਐਸਟ ਆ ਮਾਪਿਆਂ ਨਾਲ ਸਤਿਕਾਰ ਕਰੋ ਹਾਂਜੀ ਮੰਦਿਰ ਮਸਜਿਦ ਜਾਣ ਨਾਲ ਕੰਮ ਹੁੰਦਾ ਨਹੀਂ ਬਈ ਸਾਰਾ ਸਭ ਤੋਂ ਵੱਡੀ ਸੇਵਾ ਆਪਣੇ ਮਾਂ ਪਿਓ ਦੇ ਨਾਲ ਯਾਰਾ ਉਹ ਇੰਨਾ ਬਿਲ ਜਗ ਸੁਨਾ ਲੱਗਦਾ ਇੰਨਾ ਬਿਲ ਜਗ ਸੁਨਾ ਲੱਗਦਾ ਉਹ ਕਿਸਨੇ ਘਰ ਵਿੱਚ ਆਣਾ ਆਪਣੇ ਆਪ ਵੀ ਦੱਸਦੇ ਸੱਜਣਾ ਕਿਹੜੇ ਦੁੱਖ ਵੰਡਾਉਣਾ ਆਪਣੇ ਆਪ ਵੀ ਦੱਸਦੇ ਤੇਰਾ ਕਿਹੜੇ ਦੁੱਖ ਵੰਡਾਉਣਾ ਸੋ ਲਾਸਟ ਤੇ ਕੀ ਕਹਿੰਦਾ ਹਾਂ ਮਾਪਿਆਂ ਨੂੰ ਕੀ ਪਿਆਰ ਦੇਣਾ ਬਸ ਇੰਨਾ ਕਹਿ ਕੇ ਚੱਲਿਆ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਕਿਤੇ ਛੱਡ ਨਾ ਜਾਇਓ ਕੱਲਿਆ ਹਾਂ ਮਾਪਿਆਂ ਨੂੰ ਕੀ ਪਿਆਰ ਦੇਣਾ ਬਸ ਇੰਨਾ ਕਹਿ ਕੇ ਚੱਲਿਆ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਕਿਤੇ ਛੱਡ ਨਾ ਜਾਇਓ ਕੱਲਿਆ ਉਹ ਗੱਲਾਂ ਸੱਚੀਆਂ ਲਿਖਦਾ ਵਿੱਕੀ ਗੱਲਾਂ ਸੱਚੀਆਂ ਲਿਖਦਾ ਵਿੱਕੀ ਕੋਟ ਫੋਤੇ ਨਹੀਂ ਗਾਉਂਦਾ ਆਪਣਿਆਂ ਹੋਏ ਆਪਣਿਆਂ ਵੀ ਦੱਸਦੇ ਸੱਜਣਾ ਕਿਹੜੇ ਦੁੱਖ ਵੰਡਾਉਣਾ ਆਪਣਿਆਂ ਵੀ ਦੱਸਦੇ ਤੇਰਾ ਕਿਹੜੇ ਦੁੱਖ ਵੰਡਾਉਣਾ ਸੱਜਣਾ ਕਿਹੜੇ ਦੁੱਖ ਵੰਡਾਉਣਾ ਬੋਲੇ ਵਾਲਾ ਜੀ ਮਹਾਰਾਜ ਕੀ ਜੈ ਨਵੇਂ ਨਵੇਂ ਸੌਂਗ ਸੁਣਨ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਪ੍ਰੈਸ ਕਰੋ ਬੈਲ ਦੇ ਆਈਕਾਨ 'ਤੇ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਸਭ ਤੋਂ ਪਹਿਲਾਂ ਸਿਦਕ ਤੇਰੇ 'ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਏ ਉਹ ਮੰਨਦੇ ਰਹਿ ਗਏ ਤਲੀਆਂ ਨੂੰ ਜਿਹਨਾਂ ਸਿਦਕ ਨਾ ਕਰਨਾ ਆਇਆ ਆਪਣਾ
ਹਵਾ ਵਿੱਚੋਂ ਡੇਕਾਂ ਦੀਆਂ ਫੁੱਲਾਂ ਦੀ ਸੁਗੰਧ ਆਈ ਜਾਪਦਾ ਏ ਜਿਉਂ ਪੰਜਾਬ ਆ ਗਿਆ ਸੋਹਣੀ ਮੁਖਤਿਆਰੀ ਕੋਈ ਅੱਖੀਆਂ ਚ ਸ਼ਰਮਾਈ ਜਾਪਦਾ ਏ ਜਿਉਂ ਪੰਜਾਬ ਆ ਗਿਆ ਹੋਈ ਆਦਾ ਕਦੇ ਨੀ ਭੁੱਲਦੀਆਂ ਵਿੱਚ ਪਰਦੇਸ ਪੰਜਾਬ ਦੀਆਂ ਹੋਈ ਆਦਾ ਕਦੇ ਨੀ ਭੁੱਲਦੀਆਂ ਵਿੱਚ ਪਰਦੇਸ ਪੰਜਾਬ ਦੀਆਂ ਕੌਣ ਕਰੂਗਾ ਕੌਣ ਕਰੂਗਾ ਕੌਣ ਕਰੂਗਾ ਰਿਸ਼ਤਾ ਮੇਰੇ ਦੇਸ਼ ਪੰਜਾਬ ਦੀਆਂ ਕੌਣ ਕਰੂਗਾ ਰਿਸ਼ਤਾ ਮੇਰੇ ਦੇਸ਼ ਪੰਜਾਬ ਦੀਆਂ ਹੱਥ ਦਾਤੀ ਪੱਲੀਆਂ ਨੇ ਪੱਠਿਆਂ ਨੂੰ ਚੱਲੀਆਂ ਨੇ ਸਭਾ ਸਭਾ ਮਣ ਭਰ ਚੱਕ ਲਿਆ ਕਲੀਆਂ ਨੇ ਉਹ ਹੱਥ ਦਾਤੀ ਪੱਲੀਆਂ ਨੇ ਪੱਠਿਆਂ ਨੂੰ ਚੱਲੀਆਂ ਨੇ ਸਭਾ ਸਭਾ ਮਣ ਭਰ ਚੱਕ ਲਿਆ ਕਲੀਆਂ ਨੇ ਸਰਮਾਂ ਵੀ ਫੁੱਲੀਆਂ ਤੇ ਕਣਕਾਂ ਤੇ ਬੱਲੀਆਂ ਨੇ ਮੰਜਿਆਂ ਤੇ ਮਿਰਚਾਂ ਤੇ ਛੱਤਾਂ ਉੱਤੇ ਛੱਲੀਆਂ ਨੇ ਉਹ ਗੱਦ ਗੱਦ ਕਰਨੇ ਤੂਣੀਆਂ ਤੂੰ ਕਦੇ ਸੇ ਪੰਜਾਬ ਦੀਆਂ ਕੌਣ ਕਰੂਗਾ ਕੌਣ ਕਰੂਗਾ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਪੰਥ ਦੀਆਂ ਗੂੰਜਾਂ ਦੇ ਨਿਸ਼ਾਨ ਸਭ ਜੁੜਦੇ ਸਿੱਖ ਸੱਚ ਸਿੰਘ ਬਣ ਪੱਕੇ ਗਏ ਸੁਣਦੇ ਪੰਥ ਦੀਆਂ ਗੂੰਜਾਂ ਦੇ ਨਿਸ਼ਾਨ ਸਭ ਜੁੜਦੇ ਸਿੱਖ ਸੱਚ ਸਿੰਘ ਬਣ ਪੱਕੇ ਗਏ ਸੁਣਦੇ ਨਾ ਹੀ ਆਪ ਕਰਦੇ ਨਾ ਜੁਲਮ ਕਬੂਲਦੇ ਕੋਈ ਕੋਈ ਮੇਚ ਆਉਂਦਾ ਖਾਲਸੇ ਦੇ ਸੁਣਦੇ ਉਹ ਦੇਸ਼ ਲਈ ਕੁਰਬਾਨੀਆਂ ਤੂੰ ਕਦੇ ਦੇ ਪੰਜਾਬ ਦੀਆਂ ਦੇਸ਼ ਲਈ ਕੁਰਬਾਨੀਆਂ ਤੂੰ ਕਦੇ ਦੇ ਪੰਜਾਬ ਦੀਆਂ ਕੌਣ ਕਰੂਗਾ ਕੌਣ ਕਰੂਗਾ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਹੋਲੀਆਂ ਦੀਵਾਲੀਆਂ ਵਿਸਾਖੀਆਂ ਤੇ ਲੋਹੜੀਆਂ ਕਬੱਡੀ ਕੱਪ ਮੇਲੇ ਕਿਤੇ ਰੱਖੀਆਂ ਨੇ ਘੋੜੀਆਂ ਹੋਲੀਆਂ ਦੀਵਾਲੀਆਂ ਵਿਸਾਖੀਆਂ ਤੇ ਲੋਹੜੀਆਂ ਕਬੱਡੀ ਕੱਪ ਮੇਲੇ ਕਿਤੇ ਰੱਖੀਆਂ ਨੇ ਘੋੜੀਆਂ ਸ਼ੌਂਕ ਨਾਲ ਪਾਲੀਆਂ ਨੇ ਬੰਦਾਂ ਦੀਆਂ ਜੋੜੀਆਂ ਗਿਲਾਏ ਪੁਰ ਵੈਲ ਗੱਡੀਆਂ ਨੇ ਦੌੜੀਆਂ ਇਸ ਪੰਜਾਬ ਦੀਆਂ ਤੇ ਗੱਲਾਂ ਉਸ ਪੰਜਾਬ ਦੀਆਂ ਇਸ ਪੰਜਾਬ ਦੀਆਂ ਤੇ ਗੱਲਾਂ ਉਸ ਪੰਜਾਬ ਦੀਆਂ ਕੌਣ ਕਰੂਗਾ ਕੌਣ ਕਰੂਗਾ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਮੇਰੇ ਦੇਸ਼ ਪੰਜਾਬ ਦੀਆਂ ਮੇਰੇ ਦੇਸ਼ ਪੰਜਾਬ ਬੋਲੀ ਮੇਰਾ ਵੀਰ ਤੇਰੇ ਗੀਤ ਨਾਲ ਇਹਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਇੱਕ ਮੁੰਡਾ ਹੈ ਕੋਟ ਫੱਤੇ ਦਾ ਵਿੱਕੀ ਕੋਟ ਫੱਤਾ ਅਸੀਂ ਉਹਦਾ ਗਾਣਾ ਰਿਕਾਰਡ ਕਰ ਰਹੇ ਹਾਂ ਉਹ ਵਿਚਾਰਾ ਜਮਾਂਦਰੂ ਅੱਖਾਂ ਤੋਂ ਰੱਬ ਨੇ ਪਰਮਾਤਮਾ ਨੇ ਨਿਗਾਹ ਉਹਦੇ ਹੱਥ ਪਰਮਾਤਮਾ ਦੇ ਹੱਥ ਆਪਣੇ ਬੰਦੇ ਦੇ ਹੱਥ ਕੁਛ ਨਹੀਂ ਹੁੰਦਾ ਪਰ ਗਾਉਂਦਾ ਬਹੁਤ ਸੋਹਣਾ ਉਹਦਾ ਗਾਣਾ 'ਚ ਰਿਕਾਰਡ ਕਰਿਆ ਅਤੇ ਤੁਹਾਨੂੰ ਗਾਣਾ ਵੀ ਮੈਂ ਸੁਣਾਉਣਾ ਥੋੜ੍ਹਾ ਜਿਹਾ ਉਹਦਾ ਵੀ ਕਿਵੇਂ ਕਰਿਆ ਅਤੇ ਬਹੁਤ ਸੋਹਣਾ ਗਾਉਂਦਾ ਵੀਰ ਮੇਰਾ ਅਤੇ ਉਹਦੀ ਸਪੋਰਟ ਮੇਰੇ ਬਾਕੀ ਗਾਣਿਆਂ ਨੂੰ ਪਿਆਰ ਕਰਨਾ ਕਰਿਓ ਚਾਹੇ ਨਾ ਕਰਿਓ ਪਰ ਇਸ ਗਾਣੇ ਨੂੰ ਇਸ ਬੱਚੇ ਨੂੰ ਸਪੋਰਟ ਜ਼ਰੂਰ ਦੇ ਦਿਓ ਇਹਦਾ ਹੌਂਸਲਾ ਲਾਜ਼ਮੀ ਵਧਾ ਦਿਓ ਪਲੀਜ਼ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਸਾਰਿਆਂ ਅੱਗੇ ਵੀਰਾਂ ਅੱਗੇ ਅਤੇ ਗਾਣਾ ਵੀ ਬਹੁਤ ਸੋਹਣਾ ਗਾਣਾ ਇੰਨਾ ਕੁ ਸੋਹਣਾ ਛੱਡ ਹੀ ਗੱਲਾਂ ਦਿਓ ਅਤੇ ਮੈਨੂੰ ਇਹੀ ਉਮੀਦ ਹੈ ਵੀ ਮੈਨੂੰ ਕੋਈ ਉਹ ਨਹੀਂ ਹੈ ਪਰਮਾਤਮਾ ਨੇ ਜੋ ਬਖਸ਼ਿਆ ਜਿੰਨੇ ਗਾਣੇ ਆਏ ਅਸੀਂ ਸਭ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਬਹੁਤ ਕੁਛ ਕਰਿਆ ਪਰ ਬਾਕੀਆਂ ਨੂੰ ਚਾਹੇ ਪਿਆਰ ਦਿਓ ਚਾਹੇ ਨਾ ਦਿਓ ਮੈਂ ਤਾਂ ਹੁਣ ਇੱਥੋਂ ਤੱਕ ਵੀ ਬੋਲਦਾ ਪਰ ਇਸ ਗਾਣੇ ਨੂੰ ਲਾਜ਼ਮੀ ਪਲੀਜ਼ ਰਿਕੁਐਸਟ ਅਜੇ ਵੀ ਯਾਰ ਤੁਹਾਡਾ ਤੁਹਾਥੋਂ ਇਹ ਉਮੀਦ ਰੱਖਦਾ ਕਿ ਇਸ ਬੱਚੇ ਨੂੰ ਤੁਸੀਂ ਪੂਰਾ ਪਿਆਰ ਦਿਓਗੇ ਵੀ ਇਹਨੂੰ ਇਹ ਨਾ ਮਹਿਸੂਸ ਹੋਵੇ ਮੇਰੀ ਅੱਖਾਂ ਹੈ ਨਹੀਂ ਪਲੀਜ਼ ਹਾਂਜੀ ਹਾਂਜੀ ਬਾਈ ਆਪਾਂ ਨਵਾਂ ਸੌਂਗ ਬਾਈ ਦਾ ਵਿੱਕੀ ਕੋਟ ਫੱਤਾ ਅਤੇ ਨਵਾਂ ਸੌਂਗ ਲੈ ਕੇ ਆ ਰਹੇ ਹਾਂ ਅਤੇ ਬਾਈ ਜੀ ਕੁਛ ਕਹਿਣਗੇ ਆਪਣੇ ਨਵੇਂ ਸੌਂਗ ਬਾਰੇ ਅਤੇ ਜਲਦੀ ਰਿਲੀਜ਼ ਹੋਊਗਾ ਬਾਈ ਦਾ ਸਤਿ ਜੀ ਸਾਰਿਆਂ ਨੂੰ ਅਤੇ ਆਪਣਾ ਨਵਾਂ ਸੌਂਗ ਬਹੁਤ ਜਲਦੀ ਆ ਰਿਹਾ ਜੀ ਅਸੀਂ ਫੁੱਲ ਸਪੋਰਟ ਕਰਨੀ ਆ ਅਤੇ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਤੁਹਾਡੀ ਸਪੋਰਟ ਤੋਂ ਬਿਨਾਂ ਤਾਂ ਆਪਾਂ ਕੁਛ ਵੀ ਨਹੀਂ ਕਰ ਸਕਦੇ ਸਾਰਿਆਂ ਨੂੰ ਰਿਕੁਐਸਟ ਆ ਕਿ ਸਾਰਿਆਂ ਨੇ ਸਪੋਰਟ ਕਰਨੀ ਆ ਬਾਕੀ ਸੌਂਗ ਤਾਂ ਬਹੁਤ ਵਧੀਆ ਹਿੰਦੂ ਕੋਟ ਫੱਤਾ ਲਿਖਿਆ ਜੀ ਕੇ ਸੰਮੀ ਨੇ ਅਤੇ ਤੁਹਾਡੀ ਤਾਂ ਇਹੀ ਉਮੀਦ ਆ ਕਿ ਤੁਸੀਂ ਬਹੁਤ ਅਤੇ ਬਾਈ ਗੱਲ ਇਹ ਆ ਵੀ ਮੁੰਡੇ ਨੇ ਗਾਇਆ ਬਹੁਤ ਵਧੀਆ ਗਾ ਅਤੇ ਬਾਈ ਜੇ ਵੀ ਆਰ ਮਿਊਜ਼ਿਕ ਇਹਨਾਂ ਦਾ ਵੀ ਸਪੋਰਟ ਆ ਅਤੇ ਆਪਣਾ ਕੇ ਸ਼ਮੀ ਜੀ ਬੈਠੇ ਆ
ਤੇ ਬਾਕੀ ਕੋਟ ਫਤਿਹ ਦਾ ਇਹ ਪਿੰਡ ਕੋਟ ਫਤਿਹ ਦਾ ਤੀਜਾ ਗੀਤ ਹੈ ਤੇ ਆਹ ਬਾਈ ਜੀ ਆਪਣੇ ਵਿੱਕੀ ਦੇ ਫਾਦਰ ਸਾਹਿਬ ਆ ਇਹ ਵੀ ਪੂਰੀ ਸਪੋਰਟ ਕਰ ਰਹੇ ਆ ਫੁੱਲ ਸਪੋਰਟ ਕਰ ਰਹੇ ਆ ਇਹਨਾਂ ਦੀ ਪੂਰੀ ਤੇ ਜਿੰਨੀ ਕਹਿੰਦਾ ਬਾਬਾ ਸਾਰੀ ਸਾਡੀ ਟੀਮ ਵੀ ਬਹੁਤ ਜ਼ਿਆਦਾ ਬਾਈ ਜੇ ਵੀ ਆਰ ਜੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਤੇ ਸੌਂਗ ਤੁਹਾਨੂੰ ਸੁਣਾਉਂਦੇ ਆ ਵੀਰੇ ਹਾਂਜੀ ਦੋਸਤੋ ਇਹ ਸੌਂਗ ਹੈ ਅਤੇ ਤੁਸੀਂ ਉਸਨੂੰ ਸਪੋਰਟ ਜ਼ਰੂਰ ਕਰੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਇਸ ਸੌਂਗ ਨੂੰ ਜ਼ਰੂਰ ਪ੍ਰਮੋਟ ਪਲੀਜ਼ ਤੁਹਾਡੇ ਸ਼ੇਅਰ ਔਰ ਤੁਹਾਡੀਆਂ ਦੁਆਵਾਂ ਹੀ ਇਸ ਬੱਚੇ ਦਾ ਭਵਿੱਖ ਬਣਾ ਸਕਦੀਆਂ ਪਲੀਜ਼ ਥੈਂਕ ਯੂ ਵਾਰ ਵਾਰ ਕਿਉਂਕਿ ਵੀ ਜੇ ਤੁਸੀਂ ਇਹਦੀ ਸਪੋਰਟ ਕਰੋਗੇ ਨਾ ਮੇਰੇ ਦਿਲ ਨੂੰ ਬਹੁਤ ਸਕੂਨ ਮਿਲੂਗਾ ਪਲੀਜ਼ ਧੰਨਵਾਦ ਹਾਂਜੀ ਆਪਣੇ ਫੇਸਬੁੱਕ ਵਾਲਿਓ ਸਾਰੇ ਭੈਣਾਂ ਭਾਈਆਂ ਨੂੰ ਬੇਨਤੀ ਆ ਕਿ ਬਾਈ ਵਿੱਕੀ ਦੀ ਵਿੱਕੀ ਕੋਟ ਫਤਿਹ ਫੁੱਲ ਸਪੋਰਟ ਕਰਿਓ ਜਿੰਨਾ ਹੋ ਸਕਦਾ ਹੈਗਾ ਕਿਉਂਕਿ ਬਾਈ ਪਤਾ ਕੀ ਗੱਲ ਇਹ ਆਪਦੇ ਵੱਲੋਂ ਪੂਰੀ ਮਿਹਨਤ ਕਰ ਰਹੇ ਆ ਅਤੇ ਮਹੀਨਾ ਡੇਢ ਮਹੀਨਾ ਹੋ ਗਿਆ ਅਤੇ ਹੁਣ ਇਹਨਾਂ ਦਾ ਕੰਪਲੀਟ ਹੋ ਗਿਆ ਅੱਜ ਗੀਤ ਅਤੇ ਕੇ ਸ਼ੰਮੀ ਨੇ ਲਿਖਿਆ ਹੈਗਾ ਅਤੇ ਬਾਕੀ ਬਾਈ ਦੀ ਫੈਮਿਲੀ ਹੈ ਜਿਹੜੀ ਉਹ ਵੀ ਪੂਰੀ ਬਾਈ ਨੂੰ ਸਪੋਰਟ ਕਰ ਰਹੀ ਹੈ ਅਤੇ ਜਲਦੀ ਆਪਾਂ ਗੀਤ ਬਾਈ ਦਾ ਜਲਦੀ ਲੈ ਕੇ ਅਤੇ ਜੇ ਵੀ ਆਰ ਮਿਊਜ਼ਿਕ ਬਾਈ ਜੀ ਇਹਨਾਂ ਹੀ ਤਾਂ ਤੁਹਾਨੂੰ ਪਤਾ ਹੀ ਆ ਮੈਨੂੰ ਸਪੋਰਟ ਫੁੱਲ ਕੀਤੀ ਸੀ ਕੇ ਸ਼ੰਮੀ ਨੂੰ ਸਪੋਰਟ ਫੁੱਲ ਕੀਤੀ ਸੀ ਅਤੇ ਵਿੱਕੀ ਬਾਈ ਨੂੰ ਤਾਂ ਕਰਨੀ ਅਤੇ ਇਹਨਾਂ ਕਰਕੇ ਆਪਾਂ ਜੋ ਵੀ ਅੱਜ ਜਿੱਥੇ ਵੀ ਹੈਗੇ ਹਾਂ ਵਧੀਆ ਅਤੇ ਇਹਨਾਂ ਦੀ ਕਿਰਪਾ ਕਰਕੇ ਹੈ ਅਤੇ ਬਾਕੀ ਪਰਮਾਤਮਾ ਦੀ ਕਿਰਪਾ ਦੋਸਤੋ ਅਤੇ ਬਾਈ ਵਿੱਕੀ ਨੂੰ ਐਂ ਨਾ ਹੋਵੇ ਵੀ ਕਿਸੇ ਨੇ ਸ਼ੇਅਰ ਨਹੀਂ ਕੀਤਾ ਲਾਈਕ ਨਹੀਂ ਕੀਤਾ ਸੁਣਿਓ ਜ਼ਰੂਰ ਇੱਕ ਵਾਰ ਤਾਂ ਜ਼ਰੂਰ ਸੁਣਿਓ ਲਾਈਵ ਸੁਣਾਓ ਅਤੇ ਵਿੱਕੀ ਜੀ ਬਾਈ ਲਾਈਵ ਸੁਣਾਉਣਗੇ ਤੁਹਾਨੂੰ ਇਹ ਸੌਂਗ ਜਿਹੜਾ ਬਾਈ ਦਾ ਰਿਲੀਜ਼ ਹੋਣ ਵਾਲਾ ਜਲਦੀ ਅਤੇ ਕੁਛ ਕੁ ਲੈਣਾ ਸੁਣਾਉਣਗੇ ਲਓ ਜੀ ਵਿੱਕੀ ਜੀ ਹੋ ਦੌਲਤਾਂ ਦਾ ਕਰੀ ਨਾ ਤੂੰ ਮਾਣ ਬੰਦਿਆਂ ਨਾ ਹੀ ਪੈਸਿਆਂ ਦੇ ਪਿੱਛੇ ਕੋਈ ਰਵਾਉਣਾ ਚਾਹੀਦਾ ਹੋ ਦੌਲਤਾਂ ਦਾ ਕਰੀ ਨਾ ਤੂੰ ਮਾਣ ਬੰਦਿਆਂ ਨਾ ਹੀ ਪੈਸਿਆਂ ਦੇ ਪਿੱਛੇ ਕੋਈ ਰਵਾਉਣਾ ਚਾਹੀਦਾ ਪੈਸਿਆਂ ਦਾ ਕੀ ਹੈ ਇਹ ਤਾਂ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਹੋ ਪੈਸਿਆਂ ਦਾ ਕੀ ਹੈ ਇਹ ਤਾਂ ਆਉਂਦੇ ਰਹਿੰਦੇ ਨੇ ਬੰਦਾ ਦਿਲ ਦਾ ਗਰੀਬ ਨਹੀਂ ਉਹ ਹੋਣਾ ਚਾਹੀਦਾ ਉਹ ਬੰਦਾ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ ਮੈਂ ਜਿੰਨੇ ਮੇਰੇ ਗੀਤ ਨੂੰ ਕੇ ਸ਼ੰਮੀ ਦੇ ਗੀਤ ਨੂੰ ਆਪਣਾ ਕਿ ਜੋ ਆਇਆ ਸੀ ਹੁਣ ਸ਼ੌਂਕ ਬੱਲੀ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਅਤੇ ਉਹ ਤੋਂ ਵੱਧ ਕੇ ਬਾਈ ਦੇ ਵਿੱਕੀ ਸ਼ਰਮਾ ਵਿੱਕੀ ਦੇ ਗੀਤ ਨੂੰ ਪਿਆਰ ਕਰਨਾ ਵਿੱਕੀ ਕੋਟ ਫਤਿਹ ਦੇ ਗੀਤ ਨੂੰ ਅਤੇ ਜਿੰਨਾ ਹੋ ਸਕਦਾ ਅਤੇ ਬਾਈ ਜੀ ਜਿਵੇਂ ਬਾਈ ਜੀ ਨੇ ਕਿਹਾ ਗਾ ਤੁਹਾਨੂੰ ਆਪਣਾ ਜੇ ਵੀ ਆਰ ਜੀ ਨੇ ਵੀ ਇਹਨਾਂ ਨੇ ਵੀ ਪੂਰਾ ਦਿਲੋਂ ਸਪੋਰਟ ਕਰ ਰਹੇ ਹਾਂ ਦਿਲੋਂ ਇੱਕ ਬੰਦਾ ਕਹਿਣ ਦੀ ਗੱਲ ਹੁੰਦੀ ਹੈ ਵੀ ਅਸੀਂ ਸਪੋਰਟ ਕਰਦੇ ਹਾਂ ਇੱਕ ਦਿਲੋਂ ਕਹਿ ਰਹੇ ਹਾਂ ਵੀ ਜਿੰਨਾ ਹੋ ਸਕਦਾ ਤੁਸੀਂ ਆਪਦੇ ਵੱਲੋਂ ਬਾਈ ਦੀ ਸਪੋਰਟ ਕਰੋ ਬਾਈ ਨੂੰ ਐਂ ਨਾ ਹੋਵੇ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ ਕਿਉਂਕਿ ਬਾਈ ਬਹੁਤ ਅੱਗੇ ਜਾਊਗਾ ਵੀ ਤੁਸੀਂ ਲੈ ਕੇ ਆਓਗੇ ਜਿਵੇਂ ਸਾਨੂੰ ਲੈ ਕੇ ਆਇਓ ਅੱਗੇ ਅਤੇ ਤੁਸੀਂ ਉਵੇਂ ਬਾਈ ਦੀ ਫੁੱਲ ਸਪੋਰਟ ਕਰਨੀ ਆ ਦਿਲੋਂ ਸਪੋਰਟ ਕਰਨੀ ਆ ਅਤੇ ਰੱਬ ਤੁਹਾਡਾ ਹੀ ਭਲਾ ਕਰੇ ਸਭ ਦਾ ਭਲਾ ਕਰੇ ਅਤੇ ਮੈਂ ਇਹੀ ਕਹਿਣਾ ਗਾ ਵੀ ਇੱਕ ਵਾਰ ਫਿਰ ਬਾਈ ਜੀ ਵੱਲੋਂ ਵੀ ਥੋੜ੍ਹਾ ਜਿਹਾ ਬਾਈ ਇੱਕ ਵਾਰੀ ਫਿਰ ਓਕੇ ਸਰ ਥੈਂਕ ਯੂ ਤੁਹਾਡੀ ਸਪੋਰਟ ਦੀ ਵੇਟ ਕਰਦੇ ਹਾਂ ਜੀ ਅਤੇ ਬਾਈ ਨਵਾਂ ਸਟੂਡੀਓ ਤੁਹਾਨੂੰ ਦਿਖਾ ਰਿਹਾ ਥੋੜ੍ਹਾ ਜਿਹਾ ਨਵਾਂ ਸਟੂਡੀਓ ਬਾਈ ਦਾ ਅਤੇ ਅੰਡਰ ਪ੍ਰੋਸੈਸ ਆ ਥੋੜ੍ਹਾ ਕੰਮ ਰਹਿੰਦਾ ਗਾ ਅਤੇ ਵਿੱਕੀ ਵੀ ਲਾਸਟ ਵਾਰੀ ਤੁਹਾਨੂੰ ਕੁਛ ਕਹਿਣਗੇ ਆਪਣਾ ਫਿਰ ਇਹ ਤੋਂ ਬਾਅਦ ਆਪਾਂ ਡਿਸਕਨੈਕਟ ਹੋ ਜੂ ਕੰਮ ਅਤੇ ਵਿੱਕੀ ਜੀ ਬੋਲਣੇ ਕੁਛ ਸਪੋਰਟ ਸਾਰਿਆਂ ਨੇ ਕਰਨੀ ਹੈ ਜੀ ਅਤੇ ਬਾਈ ਰੁਪਿੰਦਰ ਕੋਟ ਫਤਿਹ ਦੀ ਸਪੋਰਟ ਤਾਂ ਹੈਗੀ ਹੈਗੀ ਕਿੰਦੂ ਕੋਟ ਫਤਿਹ ਦੀ ਵੀ ਕੇ ਸੰਮੀ ਦੀ ਅਤੇ ਬਾਈ ਜੇ ਵੀ ਆਰ ਮਿਊਜ਼ਿਕ ਦੀ ਵੀ ਪੂਰੀ ਫੁੱਲ ਸਪੋਰਟ ਆ ਅਤੇ ਤੁਹਾਡੀ ਸਪੋਰਟ ਦੀ ਜ਼ਰੂਰਤ ਆਉਣ ਜੀ ਅਤੇ ਸਾਰਿਆਂ ਨੇ ਫੁੱਲ ਸਪੋਰਟ ਕਰਨੀ ਹੈ ਜੀ ਓਕੇ ਥੈਂਕ ਯੂ ਓਕੇ ਬਾਈ ਜੀ ਕਰਨੀ ਹੈ ਸਪੋਰਟ ਬਾਈ ਦਾ ਸੌਂਗ ਜਿਹੜਾ ਜਲਦੀ ਰਿਲੀਜ਼ ਹੋਊਗਾ ਅਤੇ ਫੁੱਲ ਸਪੋਰਟ ਕਰਨੀ ਹੈ ਬਾਈ ਜੀ ਠੀਕ ਹੈ ਜੀ ਓਕੇ ਜੀ ਬਾਬੂਲਾ ਪੀਂਗ ਪਵਾ ਦੇ ਮੇਰੀ ਵੀਰਾ ਸਾਹਿਬ ਮੰਗਦੇ ਗਾਣੇ
सूरज वांगू तपदा सूरज वांगू तपदा कदे शांत सवेरे वरगाया मां मैनू ल
ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਂ ਆ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਂ ਕਈ ਵਾਰੀ ਬਾਪੂ ਵਾਂਗੂ ਦੁਨੀਆਂ ਤੇ ਹਰਖ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾਂ ਚਿਹਰਾ ਕਹਿੰਦੇ ਆਹਾਂ ਚਿਹਰਾ ਜਮਾਂ ਤੇਰੇ ਚਿਹਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਕਦੇ ਸੂਰਜ ਵਾਂਗੂ ਤਪਦਾ ਹੋ ਕੋਈ ਕਰਦਾ ਵੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਤਾਂਹੀਓ ਤੇਰਾ ਕੱਲਾ ਸਿੱਧੂ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਤੇਰੇ ਵਾਂਗੂ ਛੇਤੀ ਖੁਸ਼ ਤੇ ਛੇਤੀ ਉਦਾਸ ਜਾ ਹੋ ਜਾਂਦਾ ਕੋਈ ਹੱਸ ਕੇ ਮਿਲ ਲੇ ਉਹਦੇ ਤੇ ਵਿਸ਼ਵਾਸ ਜਾ ਹੋ ਜਾਂਦਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਾ ਲੱਗਦਾ ਆ ਮਾਂ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਂਦਾ ਸਭ ਨੂੰ ਮਾਫ਼ੀ ਦਿੰਦਾ ਸਭ ਨੂੰ ਮਾਫ਼ੀ ਦਿੰਦਾ ਜਮਾਂ ਤੇਰੇ ਜਿਹਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾਇਆ ਕਦੇ ਸੂਰਜ ਵਾਂਗੂ ਤਪਦਾ ਹੋ